ਖਿਡਾਰੀਆਂ ਦੀ ਉਪਲਬਧੀਆਂ ਤੇ ਹਰਿਆਣਾ ਸਰਕਾਰ ਨੇ ਵੀ ਉਹਨਾਂ ਨੂੰ ਇਨਾਮਾਂ ਤੋਂ ਨਿਵਾਜਣ 'ਚ ਕੋਈ ਕਸਰ ਨਹੀਂ ਛੱਡੀ ਹੈ। ਹਰਿਆਣਾ ਦੀ ਸੀ ਖੇਲ ਨੀਤੀ ਅਤੇ ਖੇਲ ਪ੍ਰੇਮ ਨੂੰ ਦੇਖਦੇ ਹੋਏ ਹੋਰ ਰਾਜਾਂ ਦੇ ਖਿਡਾਰੀ ਵੀ ਹੁਣ ਹਰਿਆਣਾ ਦਾ ਰੁਖ ਕਰਕੇ ਆਪਣੇ ਖੇਲ ਦੀ ਧਾਰ ਨੂੰ ਪੈਨਾ ਕਰ ਰਹੇ ਨੇ, ਜਿਸ ਦੇ ਸਕਾਰਾਤਮਕ ਪਰਿਣਾਮ ਸਾਹਮਣੇ ਆ ਰਹੇ ਨੇ। ਜਿਸ ਦਾ ਜੀਤਾ ਜਾਗਦਾ ਉਦਾਹਰਣ ਹੈ ਐਥਲੀਟ ਅਪਰਿੰਦਰ ਸਿੰਘ, ਮੂਲ ਰੂਪ ਤੋਂ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਹਰਿਆਣਾ 'ਚ ਖੇਲਣ ਵਾਲੇ ਅਪਰਿੰਦਰ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਚੱਲ ਰਹੇ ਏਸ਼ੀਅਨ ਗੇਮਸ 'ਚ ਟ੍ਰਿਪਲ ਜੰਪ 'ਚ ਦੇਸ਼ ਦੀ ਚੋਲੀ 'ਚ ਗੋਲਡ ਮੈਡਲ ਪਾਇਆ ਹੈ। ਦੇਸ਼ ਮੇਂ ਹਰਿਆਣਾ ਕੀ ਜੋ ਖੇਲ ਨੀਤੀ ਹੈ ਉਹ ਸਭਸੇ ਬਿਹਤਰ ਹੈ। ਅਬ ਏਸ਼ੀਅਡ ਮੇਂ ਗੋਲਡ ਮੈਡਲ ਆਨੇ ਪਰ ਮਹਾਰਾਸ਼ਟਰ 50 ਲੱਖ ਦਿੱਤਾ, ਯੂਪੀ 50 ਲੱਖ ਦਿੱਤਾ, ਹਮ 3 ਕਰੋੜ ਰੁਪਏ ਦੇਤੇ ਔਰ ਸਾਥ ਮੇਂ HPS ਜਾਂ SCS ਕੀ ਨੌਕਰੀ ਦੇਤੇ ਤੋ ਇਸਸੇ ਬਿਹਤਰ ਤੋ ਸਾਰੇ ਹਿੰਦੁਸਤਾਨ ਮੇਂ ਨਹੀਂ ਸ਼ਾਇਦ ਸਾਰੇ ਵਿਸ਼ਵ ਮੇਂ ਨਾ ਹੋ। ਹਰਿਆਣਾ ਕੇ ਖਿਲਾੜੀਓ ਕੇ ਸੰਘਰਸ਼ ਕੀ ਗਾਥਾ ਜੋ ਹੈ ਵੋ ਸਰਕਾਰ ਕਿਸ ਤਰ੍ਹਾਂ ਸੇ ਪੰਜਾਬ ਸੇ ਖੇਲ ਨਹੀਂ ਬਹੁਤ ਸਾਰੇ ਖਿਲਾੜੀ ਜੋ ਦੂਸਰੇ ਪ੍ਰਦੇਸ਼ੋਂ ਮੇਂ ਖੇਲਤੇ ਹੈ ਵੋ ਹਰਿਆਣਾ ਕੀ ਤਰਫ ਰੁਖ ਕਰ ਰਹੇ ਹੈ। ਉਹ ਹਰਿਆਣਾ ਕੇ ਖਿਲਾੜੀ ਬਨਕਰ ਖੇਲਣਾ ਚਾਹਤੇ ਹੈ ਔਰ ਅਰਪਿੰਦਰ ਉਸੀ ਕਾ ਹੀ ਉਦਾਹਰਣ ਹੈ। ਉਸਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਪ੍ਰੋਤਸਾਹਿਤ ਨਹੀਂ ਕਰਤੀ ਹੈ, ਇਸ ਲਈ ਮੈਂ ਹਰਿਆਣਾ ਸੇ ਖੇਲਾ ਹੂੰ। ਅੰਬਾਲਾ ਤੋਂ BS ਦੁਲੀਆਣੇ ਦੀ ਰਿਪੋਰਟ, ਚੈਨਲ 2।